ਅਸਲਾਮ ਵਾਲੇਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਬਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਆ ਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋ ਗਿਆ ਯਕੀਨ ਕਰੋ ਕਿ ਐ ਸਦੀ ਦੇ ਵਿੱਚ ਵੀ ਪਾਕਿਸਤਾਨ ਦੇ ਵਿੱਚ ਮਾਰਸ਼ਲ ਲਾਹ ਦੀਆਂ ਜਿਹੜੀਆਂ ਗੂੰਜਾਂ ਨੇ ਨਾ ਉਹ ਕਦੀ ਥਮੀਆਂ ਹੈ ਨਹੀਂ ਨਾ ਹਰ ਦੂਸਰੇ ਚੌਥੇ ਦਿਨ ਜਨਾਬ ਰੌਲਾ ਪਾਇਆ ਜਾਂਦਾ ਹੈ ਰੌਲਾ ਪੁਆਇਆ ਜਾਂਦਾ ਹੈ ਪੈਸੇ ਲਾ ਕੇ ਰੌਲਾ ਪੁਆਇਆ ਜਾਂਦਾ ਹੈ ARWA ਤੇ بول ਤੇ ਸਾਬਰ ਸ਼ਾਕਰ ਫਲਾਣਾ ਇਹ ਉਹ ਕਿ ਮਾਰਸ਼ਲ ਲੱਗ ਰਿਹਾ ਹੈ ਇਹ ਹੋ ਰਿਹਾ ਹੈ ਉਹ ਹੋ ਰਿਹਾ ਲੇਕਿਨ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਆ 2 ਤਰਾ ਮਹੀਨੇ ਪਹਿਲੇ ਪਾਕਿਸਤਾਨ ਦੇ ਵਿੱਚ ਮਾਰਸ਼ਲ ਲੱਗਦਾ ਲੱਗਦਾ ਬਚ ਗਿਆ ਜੀ ਹੁਣ ਤੁਸੀਂ ਅੰਦਾਜ਼ਾ ਲਾ ਲਓ ਬੇ ਲਾਣ ਵਾਲਿਆਂ ਤੇ ਵੀ ਅਖੀਰ ਤੇ ਅਗੋ ਬਚਾਣ ਵਾਲਿਆਂ ਦੇ ਵੀ ਤੇ ਬੜੀ ਵੱਡੀ ਅਖੀਰ ਬੇ ਜਿੰਨਾ ਬਚਾ ਲਿਆ ਇਹ ਹੁਣ ਪਾਕਿਸਤਾਨ ਦੀ ਆਵਾਮ ਨੂੰ ਪਤਾ ਲੱਗਣਾ ਚਾਹੀਦਾ ਹੁਣ ਸਾਡਾ ਮਿੱਠਾ ਅਸਦ ਤੂਰ ਬਹੁਤ ਵੱਡਾ ਸੀਨੀਅਰ ਸਹਾਫੀ ਹੈ ਉਹਨੇ ਜਿਹੜੀ ਖਬਰ ਫੋੜੀ ਹੈ ਤੇ ਮੈਂ ਸਮਝਾ ਬੇ ਉਹ ਕੁਝ ਜ਼ਿਆਦਾ ਲੋਕਾਂ ਤੱਕ ਨਹੀਂ ਪਹੁੰਚੀ ਹੋਏਗੀ ਤੇ ਕਿਉਂ ਨਾ ਅਸੀਂ ਵੀ ਤੁਹਾਡੇ ਗੋਸ਼ਕੁਜ਼ਾਰ ਕਰੀਏ ਕਿ ਵਾਕਿਆ ਕੀ ਪੇਸ਼ ਆਇਆ ਇਹ ਵਾਕਿਆ ਪੇਸ਼ ਕੀ ਆਇਆ ਹੈ ਪਾਕਿਸਤਾਨ ਚ ਮਾਰਸ਼ਲ ਲਾ ਕੌਣ ਲਾਣਾ ਚਾ ਰਿਹਾ ਸੀ ਉਹ ਕਿਹੜਾ ਕਿਹੜਾ ਜਰਨਲ ਸੀ ਜਿਹਨੂੰ ਅੱਗ ਲੱਗੀ ਸੀ ਉਹ ਕਿਹੜਾ ਕਿਹੜਾ ਲੋਕ ਸੀ ਜਿਹੜੇ ਕਹਿੰਦੇ ਸੀ ਇਸ ਕਬਜ਼ਾ ਕਰਨਾ ਹੈ ਇਕਜਿਹਾਰ ਤੇ ਇਸ ਸਦੀ ਦੇ ਵਿੱਚ ਵੀ ਇਸ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਤੁਸੀਂ ਮਿਠਿਆ ਮਾਰਸ਼ਲ ਲਾ ਲਾਣਾ ਚਾਹੁੰਦੇ ਹੋ ਸਾਬਰ ਸ਼ਾਕਰ ਤੇ ਕਹਿੰਦੇ ਜਾਂ ਇਮਰਾਨ ਰਿਆਸਤ ਕਹਿਣ ਤੇ ਜਾਂ ਇਮਰਾਨ ਖਾਨ ਦੇ ਕਹਿਣ ਤੇ ਮਾਸ਼ਾਅੱਲਾ ਲੈਣਾ ਮੇਰੇ ਮਿੱਠੇ ਨੇ ਬੜੀਆਂ ਬੜੀਆਂ ਖਬਰਾਂ ਤੁਹਾਡੇ ਸਾਹਮਣੇ ਮੈਂ ਲੈ ਕੇ ਹਾਜ਼ਰ ਹੋ ਚੁੱਕਿਆ ਯਕੀਨ ਕਰੋ ਕਿ ਮੈਂ ਹਮੇਸ਼ਾ ਕਹਿਣਾ ਕਿ ਇਹ ਜਿਹੜੇ 15 16 ਕਿਰਦਾਰ ਨੇ ਜਿੰਨੀ ਦੇਰ ਤੱਕ ਇਹਨਾਂ ਨੂੰ ਸਜ਼ਾ ਨਹੀਂ ਮਿਲੇਗੀ ਪਾਕਿਸਤਾਨ ਅੱਗੇ ਨਹੀਂ ਜਾ ਸਕਦਾ ਔਰ ਮੈਂ ਆਪਣੇ ਫੌਜ ਦੇ ਸਰਬਰਾਹ ਅੱਗੇ ਵੀ ਅਪੀਲ ਕਰਨਾ ਕਿ ਮਿੱਠਾ ਜੀ ਸਾਰੇ ਕੰਮ ਛੱਡ ਦਿਓ ਪਹਿਲੇ ਸਫਾਈ ਕਰੋ ਆਪਣੇ ਅੰਦਰ ਜਿਹੜੇ ਜਿੰਨੇ ਵੀ ਆ ਤੁਹਾਡੇ ਕੋਲ ਹਨ ਨਾ ਇਹਨਾਂ ਦੀ ਸਫਾਈ ਕਰੋ ਜਿਹੜੇ ਇਹ ਕਿਰਦਾਰ ਮਲਵਸ ਨੇ ਇਹ ਸਾਰੇ ਧੰਦਿਆਂ ਦੇ ਵਿੱਚ ਇਹਨਾਂ ਨੂੰ ਆਵਾਮ ਦੇ ਸਾਹਮਣੇ ਲੈ ਕੇ ਆਓ ਆਵਾਮ ਦੇ ਸਾਹਮਣੇ ਬਿਠਾਓ ਕਿ ਇਹਨਾਂ ਨੇ ਇਹ ਇਹ ਕੀਤਾ ਸ਼ਾਹ ਜੀ ਇਹ ਸੈਦ ਸਾਹਿਬ ਚੀਫ ਸਾਹਿਬ ਖੁਦਾ ਦਾ ਨਾਂ ਜੀ ਇਹ ਕੰਮ ਕਰ ਜੋ ਪੂਰਾ ਪਾਕਿਸਤਾਨ ਤੁਹਾਡੇ ਪਿੱਛੇ ਖਲੋਤਾ ਇਹ ਗੰਦ ਮਕਾ ਜੋ ਇਹ ਕਰ ਇਹ ਮਾਰਸ਼ਲ ਲਾ ਲੈਣਾ ਉਹ ਮਾਰਸ਼ਲ ਹੈ ਪਾਕਿਸਤਾਨ ਤੁਹਾਡੀ ਖਾਲਾ ਜੀ ਦਾ ਵਾੜਾ ਕਿ ਮਾਰਸ਼ਲ ਲਾ ਲੈਣਾ ਤੁਸੀਂ ਠੀਕ ਹੈ ਨਾ ਜੀ ਵੱਡੀ ਖਬਰ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਇਹ ਜਨਾਬ ਪਾਕਿਸਤਾਨ ਦੇ ਵਿੱਚ ਮਾਰਸ਼ਲ ਲਾ ਦਾ ਮਨਸੂਬਾ ਬੇਨਕਾਬ ਕੈਂ ਪਖੀ ਔਰ ਮੈਂ ਤੁਹਾਨੂੰ ਕਹਿੰਦਾ ਸੀ ਕਿ ਅੱਜ ਦੀ ਤਕਰਰੀ ਹੋ ਰਹੀ ਹੈ ਨਾ ਇਹ ਆਸਮਾਨੀਰ ਸਾਹਿਬ ਦੀ ਇਹ ਈਦਾ ਔਖਾ ਈਦਾ ਸੌਖਾ ਕੰਮ ਨਹੀਂ ਇਹਦੇ ਵਿੱਚ ਬੜੇ ਝਖੜ ਨੇ ਜਦੋਂ ਸਮਰੀ ਆ ਰਹੀ ਸੀ ਜਾ ਰਹੀ ਸੀ ਫਲਾਣ ਹੋ ਰਹੀ ਸੀ ਔਰ ਹਰ ਪਾਸੇ ਰੌਲਾ ਪੈ ਰਿਹਾ ਸੀ ਕਿ ਨਹੀਂ ਫਲਾਣਾ ਨਹੀਂ ਬਣਨ ਦੇਣਾ ਇਹ ਕਰਨਾ ਮਾਰਸ਼ਲਾ ਸਾਬਰ ਸ਼ਾ ਕਰਨਾ ਕਿਹਾ ਮਾਰਸ਼ਲਾ ਲੱਗ ਗਿਆ ਮਤਲਬ ਕਿ ਸਾਬਰ ਸ਼ਾ ਕਰ ਨੂੰ ਤੇ ਫਿਰ ਖਬਰ ਉਹ ਅੰਦਰ ਜਾਂਦੇ ਅੰਦਰੋਂ ਜਾਂਦੀ ਹੈ ਨਾ ਆਸਵ ਗਫੂਰ ਕੋਲੋਂ ਮਿੱਠੇ ਸਾਡੇ ਕੋਲੋਂ ਇਹ ਜਨਾਬ ਮਾਰਸ਼ਲ ਲਾਦਾ ਮਨਸੂਬਾ ਜਿਹੜਾ ਨੇ ਇਹ ਅਸੀਂ ਹੁਣ ਕਰਨੇ ਆ ਬੇਨਕਾਬ ਬਨੇ ਬੇਨਕਾਬ ਤੇ ਅਸਤੂਰ ਨੇ ਕਰ ਦਿੱਤਾ ਲੇਕਿਨ ਅਸੀਂ ਹੁਣ ਆਪਣੇ ਅੰਦਾਜ਼ ਵਿੱਚ ਮਿੱਠੇ ਮਿੱਠੇ ਅੰਦਾਜ਼ ਵਿੱਚ ਬੇਨਕਾਬ ਕਰਨੇ ਆ ਤੁਹਾਡੇ ਸਾਹਮਣੇ ਨਵਾਜ਼ ਸ਼ਰੀਫ ਡਟ ਗਿਆ ਤੇ ਮੁਲਕ ਨੂੰ ਬਚਾ ਲਿਆ ਮਨਸੂਬਾ ਸਾਜ਼ ਜਿਹੜੇ ਨੇ ਉਹ ਸ਼ਲਵਾਰਾਂ ਛੱਡ ਕੇ ਨਸ ਗਿਆ ਇਹ ਹੁਣ ਗੱਲਾਂ ਪਾਕਿਸਤਾਨ ਦੀ ਜਿਹੜੀ ਆਵਾਮ ਹੈ ਉਹਨਾਂ ਤੱਕ ਇਹ ਗੱਲਾਂ ਪਹੁੰਚਾਣੀਆਂ ਬਣਦੀਆਂ ਨੇ ਕਿ ਨਹੀਂ ਬਣਦੀਆਂ ਕਿਉਂਕਿ ਮੈਂ ਆਪਣੇ ਵਤਨ ਆਪਣੇ ਪਾਕਿਸਤਾਨ ਆਪਣੀ ਧਰਤੀ ਆਪਣੀ ਮਿੱਟੀ ਦੇ ਨਾਲ ਮੁਹੱਬਤ ਕਰਨਾ ਕੋਈ ਜਿਹੜਾ ਇੱਕ فردੇ ਕੋਈ ਫੌਜੀ ਹੋਵੇ ਕੋਈ ਸਿਆਸਤਦਾਨ ਹੋਵੇ ਕੋਈ ਜੱਜ ਹੋਵੇ ਮੈਂ ਸਮਝਿਨਾ ਕਿ ਉਹਨਾਂ ਸਾਰਿਆਂ ਨੂੰ ਇਹ ਖਿਆਲ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੀ ਮਿੱਟੀ ਦੇ ਨਾਲ ਕੀ ਪਕਰਦੇ ਹਾਂ ਔਰ ਅਸੀਂ ਕਿਉਂ ਅੱਖਾਂ ਬੰਦ ਕਰ ਲੈਂਦੇ ਹਾਂ ਅਗਰ ਅਸੀਂ ਤਰੱਕੀ ਕਰਨੀ ਹੈ ਤਾਂ ਸਾਨੂੰ ਅੱਖਾਂ ਖੋਲ ਕੇ ਰਹਿਣਾ ਪਏਗਾ اپنی عوام ਨੂੰ ਸੱਚ ਦੱਸਣਾ ਪਏਗਾ ਇਹ ਤੇ ਅਸਤੂਰ ਦੀ ਮਿਹਰਬਾਨੀ ਨਾ ਜਿੰਨੇ ਇਹ ਖਬਰ ਜਿਹੜੀ ਹੈ ਇਹ ਇਹ ਫੋੜੀ ਵਰਨਾ ਇਹ ਹਕੂਮਤ ਜਿਹੜੀ ਅਸ਼ਵਾ ਸ਼ਰੀਫ ਦੀ ਇਹ ਤੇ ਕਦੀ ਵੀ ਨਾ ਦੱਸੇਗੀ ਇਹ ਤੇ ਕਦੀ ਵੀ ਨਾ ਦੱਸੇਗੀ عوام ਨੂੰ ਕਿ ਇਹ ਹੋਣ ਲੱਗਾ ਸਾਜੇ ਸ਼ਵਾ ਸ਼ਰੀਫ ਸਾਹਿਬ ਦੀ ਤੇ ਹਕੂਮਤ ਜਾਂ ਜਿਹੜੇ ਇਹਦੇ ਨਾਲ ਵਜ਼ੀਰ ਨੇ ਇਹ ਖਾਜੇ ਖੁਜੇ ਇਹ ਤੇ ਕਦੀ ਇਹਨਾਂ ਉਤੇ ਦੰਦਲ ਪਈ ਹੈ ਦੰਦੜ ਪਈਏ ਉਹ 15 15 ਵਾਰੀ ਤੁਸੀਂ ਵਜ਼ੀਰ ਬਣ ਚੁੱਕੇ ਹੋ ਤੁਹਾਡਾ ਰਾਜ ਨਹੀਂ ਬਣਿਆ ਜੇ ਉਹ ਤੁਹਾਡਾ ਰਾਜ ਨਹੀਂ ਬਣਿਆ ਜੇ ਤੁਹਾਡਾ ਹੱਕ ਨਹੀਂ ਬਣਦਾ ਦੱਸਣਾ ਆਵਾਮ ਨੂੰ ਕਿ ਇੱਥੋਂ ਅਸੀਂ ਨਿਕਲ ਕੇ ਤੇ ਆਸਮਾਨੀਰ ਸਾਹਿਬ ਨੂੰ ਬਣਾਇਆ ਇਹ ਬਣਦਾ ਹੱਕ ਨਹੀਂ ਬਣਦਾ ਔਰ ਮੈਂ ਸਮਝੀ ਨਾ ਕਿ ਆਰਮੀ ਚੀਫ ਸਾਹਿਬ ਜਿਹੜੇ ਨੇ ਉਹਨਾਂ ਨੇ ਵੀ ਆ ਕੇ ਪ੍ਰੈਸ ਕਾਨਫਰੰਸ ਜਿਹੜੀ ਕਰਨੀ ਚਾਹੀਦੀ ਕਿ ਪਾਈ ਜੀ ਇੰਜ ਕਰਕੇ ਫਲਾਣਾ ਫਲਾਣਾ ਨੇ ਕੀਤਾ ਔਰ ਇਹ ਕੌਣ ਜੇ Imran Khan ਦੇ ਕੀ ਲੱਗਦੇ ਨੇ ਇੱਕਰ ਨਹੀਂ ਚਾਹੀਦੀ ਆਵਾਮ ਨੂੰ ਸੱਚ ਦੱਸਣਾ ਚਾਹੀਦਾ ਉਹ ਕਿੰਨੀ ਕੁ ਦੇਰ ਤੱਕ ਆਵਾਮ ਨੂੰ ਧੋਖੇ ਚ ਰੱਖੋ ਤੇ ਸਾਰੇ ਉਹ ਮਿੱਠੇ ਉਹ ਸੋਹਣੇ ਜਿਹੜੇ ਤੁਸੀਂ ਇਸ ਮੁਲਕ ਤੇ ਸਾਡੇ ਦੇ ਕਰਤਾ ਦਰਤਾ ਹੋ ਤੇ ਜਿੱਤ ਤੇ ਫਿਰ ਵੀ ਨਵਾਸ਼ ਸ਼ਰੀਫ ਦੀ ਹੋਈ ਨਾ ਡਟਿਆ ਤੇ ਕੱਲਾ ਨਵਾਸ਼ ਸ਼ਰੀਫ ਹੀ ਨਾ ਹਰ ਵਾਰੀ ਉਹ ਸੀ ਡਟਣਾ ਹੁੰਦਾ ਬਾਕੀ ਤੇ ਇਹ ਸਾਰੇ ਜਿਹੜੇ ਨੇ ਇਹ ਖਾਜੇ ਖੁਜੀਆਰੀ ਤੇ ਉਰਲੇ ਪਰਲੇ ਤੇ ਰਾਣਾ تنویر ਤੇ ਇਹ ਤੇ ਇੰਜ ਨੇ ਜਿਵੇਂ ਜੁਮਾ ਜਾਂਜ ਨਾਲ ਠੀਕ ਹੈ ਅੱਛਾ ਗੱਲ ਤੇ ਆ ਜਾਓ ਅਸਰ ਤੂਰ ਦੇ ਮੁਤਾਬਕ ਪਾਕਿਸਤਾਨ ਦੇ ਵਿੱਚ ਮਾਰਸ਼ਲ ਆ ਜਿਹੜਾ ਉਹ ਲੱਗਣ ਲੱਗਾ ਸੀ ਕਿਵੇਂ ਲੱਗਣ ਲੱਗਾ ਸੀ ਤੁਹਾਨੂੰ ਪਤਾ ਉਧਰੋਂ ਫੈਜ਼ ਉਮੀਦ ਔਰ ਬਾਜਵੇ ਨੇ ਮਿਲ ਕੇ ਇਮਰਾਨ ਖਾਨ ਦਾ ਲੰਗ ਮਾਰਚ ਸ਼ੁਰੂ ਕਰਾਇਆ ਉਧਰੋਂ ਅਰਸ਼ਦ ਸ਼ਰੀਫ ਨੂੰ ਉਤਾਂ ਚੜਵਾਇਆ ਕਿਸੇ ਨੇ ਕਹਿਣ ਵਾਲੇ ਕਹਿੰਦੇ ਨੇ ਕਿ ਬਣੀ ਗੱਲ ਆ ਔਰ ਹਾਂ ਠੀਕ ਹੈ ਨਾ ਰਲ ਮਿਲ ਕੇ ਤੇ ਉਹਨਾਂ ਉਤਾਂ ਚੜਾਇਆ ਉਹਦੇ ਉਹਦੇ ਪੋਸਟਰ ਲਾਣੇ ਸੀ ਉਹ 컨ਟੇਨਰ ਦੇ ਉੱਤੇ ਤਾਂ ਕਿ ਹੇਟ ਜਿਹੜੀ ਉਹ ਵਧੇ ਹਾਂ ਠੀਕ ਹੈ ਨਾ ਅਗਰ ਇਹਦੀ ਇਹਦੀ ਇਨਕੁਆਰੀ ਹੋ ਜਾਣਾ ਅਰਸ਼ਦ ਸ਼ਰੀਫ ਵਾਲੇ ਦੀ ਇਹਦੇ ਵਿੱਚ ਬਣੀ ਗੱਲ ਆ ਔਰ ਆਹੋ ਮਲਵਸਾ আচ্ছা ਉਹ ਕਹਿੰਦੇ ਨੇ ਬਈ ਇਹ ਕੁਝ ਜਰਨਲ ਸੰਖ ਪੰਜ ਸੱਤ ਕਹਿ ਲਓ ਅਸਤੂਰ ਦੇ ਮੁਤਾਬਕ ਉਹਨਾਂ ਨੇ ਫੈਸਲਾ ਕੀਤਾ ਮਤਲਬ ਫੈਜ਼ ਉਮੀਦ ਹੋ ਗਿਆ ਆਸਫ ਗਫੂਰ ਹੋ ਗਿਆ ਅਜ਼ਰਬਾਸ ਹੋ ਗਿਆ ਉਸ ਤੋਂ ਬਾਅਦ ਇੱਕ ਹੋਰ ਉਹ ਨਾਮ ਹੀ ਮੈਂ ਤੇ ਨਹੀਂ ਯਾਦ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਦਾ ਨਾਮ ਵੀ ਸਾਹ ਨਹੀਂ ਯਾਦ ਰਹਿੰਦੇ ਕਿਉਂਕਿ ਉਹਨਾਂ ਦਾ ਤਾਂ ਖਾਤਾ ਹੀ ਗੋਲ ਹੁੰਦਾ ਹੈ। ਇਹਨਾਂ ਨੇ ਰਲ ਕੇ ਇੱਕ ਪਲਾਨ ਬਣਾ ਲਿਆ। ਪਲਾਨ ਬਣਾ ਲਿਆ ਅਸਾ ਆਸਮ ਮਨੀਰ ਨੂੰ ਨਹੀਂ ਬੜਨ ਦੇਣਾ ਆਰਮੀ ਚੀਫ। ਉਹ ਜਨਾਬ ਇਧਰੋਂ ਲਾਂਗ ਮਾਰਚ ਆਂਦਾ ਇਹ ਕੀਤਾ ਪ੍ਰੈਸ਼ਰ ਪਾ ਰਿਹਾ ਇਹ ਕਰ ਰਿਹਾ ਉਹ ਕਰ ਰਿਹਾ ਸੱਜੇ ਖਬੀਆਂ ਮਾਰ ਰਹੇ ਨੇ ਅੰਦਰ ਖਾਤੇ ਜਨਾਬ ਗਰੁੱਪ ਬਣਾ ਕੇ ਬੈਠੇ ਨੇ ਉਧਰ ਸਾਬਰ ਸ਼ਾਕਰ ਨੂੰ ਛੱਡਿਆ ਉਧਰੋਂ ਇਮਰਾਨ ਰਿਆਜ਼ ਨੂੰ ਛੱਡਿਆ ਤੁਸੀਂ ਖਿੱਚੀ ਜਾਓ ਮਾਰਸ਼ਲ ਆ ਰਿਹਾ ਮਾਰਸ਼ਲ ਆ ਰਿਹਾ ਠੀਕ ਹੈ। ਉਹ ਸਮਰੀ ਕਲ ਜਾਂਦੀ ਹੈ ਸਮਰੀ ਬਲਕੇ ਆਂਦੀ ਆਂਦੀ ਇਸਾਬੇ ਉਹ ਸਮਰੀ ਆਂਦੀ ਹੈ ਪਹਿਲੀ ਉਹਦੇ ਚ ਆਸਮ ਸਾਹਿਬ ਸਾਡੇ ਮਿੱਠੇ ਦਾ ਨਾ ਹੀ ਕੋਈ ਸੀ ਉਹ ਹੰਦਰ ਕਿਹਾ ਕਿੱਥੇ ਦਾ ਕਿਉਂ ਨਹੀਂ ਪਾਇਆ ਉਹ ਉਹਨਾਂ ਨੇ ਕਿਹਾ ਜੀ ਨਾ ਸ਼ਾਂ ਕੋ ਨਹੀਂ ਪਾਣਾ ਅਸੀਂ ਅਗਰ ਤੁਸੀਂ ਇਹ ਕੀਤਾ ਤੇ ਮਾਰਸ਼ਲ ਲਾ ਦੇਣਾ ਐ ਚਾਰ ਪੰਜ ਜਿਹੜੇ ਨੇ ਮਿੱਠੇ ਸਾਡੇ ਇਹਨਾਂ ਨੇ ਕਿਹਾ ਐ ਸ਼ਿਹਾਬ ਸ਼ਰੀਫ ਸਾਹਿਬ ਜ਼ੜੀ ਗੱਲ ਹੈ ਫਿਰ ਚੌਂਕੇ ਤੇ ਹੋਣੇ ਨੇ ਮੇਰੇ ਮਿੱਠੇ ਸਮਰਿਤ ਉਹਨਾਂ ਨੇ ਵਾਪਸ ਕਰ ਲਈ ਉਹਨਾਂ ਨੇ ਕਿਹਾ ਓਏ ਵਿੱਚ ਨਾ ਪਾ ਕੇ ਕਰ ਲੋ ਕੀ ਕਰਦੇ ਫਿਰਦੇ ਓ ਤੁਸੀਂ ਉਹਨਾਂ ਨੇ ਕਿਹਾ ਜੀ ਨਹੀਂ ਨਹੀਂ ਆਸਮਰਿਤ ਨੂੰ ਅਸਾਂ ਨਹੀਂ ਬਣਨ ਦੇਣਾ ਇੱਕ ਪਤਾ ਨਹੀਂ ਕੋਈ ਗਰੁੱਪ 76 ਪਤਾ ਨਹੀਂ ਕਿਹੜਾ ਕਕੂਲ ਅਕੈਡਮੀ ਤੇ ਉਰਲੇ ਤੇ ਪਰਲਾ ਤੇ ਅਜੀਬੋ ਗਰੀਬ ਚ ਖੇਲ ਨੇ ਸਾਨ ਕੀ ਪਤਾ ਉਹਨਾਂ ਨੇ ਇੱਕਾ ਕਰਕੇ ਉਹਨਾਂ ਨੇ ਕਿਹਾ ਅਗਰ ਇਹਨੂੰ ਲਾਇਆ ਦਸਾਂ ਮਾਰਸ਼ਲ ਲਾ ਦੇਣਾ ਬੜੇ ਮੈਂ ਤੁਸੀਂ ਸੋਹਣੇ ਆ ਹੈ ਮਾਰਸ਼ਲ ਲਾ ਦੇਣਾ ਇਹ ਇਹ ਪਾਕਿਸਤਾਨ ਤੁਹਾਡੀ ਖਾਲਾ ਜੀ ਦਾ ਵੜਾ ਇਹ ਜਿਹੜੇ ਆ ਤਰਾ ਚਾਰ ਫੈਜ਼ਰੀ ਤੇ ਅਗਫੂਰ ਤੇ ਉਰਲੇ ਪਰ ਇਹ ਖਾਲਾ ਜੀ ਦਾ ਵੜਾ ਤੁਹਾਡਾ ਮੈਂ ਤੁਸੀਂ ਮਾਰਸ਼ਲ ਲਾ ਦੇਣਾ ਸਿੰਧਾ ਇਫ ਜਿਹੜਿਆ ਆਜ਼ਮ ਦਾ اختیار ਹੈ ਜਿੱਦੂ ਮਰਜ਼ੀ ਉਹ ਉਭੜਾਏ ਤੇ ਤੁਸੀਂ ਕੌਣ ਹੁੰਦੇ ਹੋ ਮਾਰਸ਼ਲਾ ਲਾਲਣ ਇਹ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਲਾਣਾ ਮਾਰਸ਼ਲਾ ਮਿੱਠਿਆ ਕੁਝ ਖਿਆਲ ਕਰੋ ਯਾਰ ਕੁਝ ਖਿਆਲ ਕਰਿਆ ਕਰੋ ਅੱਛਾ ਜੀ ਅੱਗੇ ਆ ਜਾਓ ਉਹ جناب ਸ਼ਿਵਾਸ਼ ਸ਼ਰੀਫ ਸਾਹਿਬ ਵੀਰੇ ਤਾਂ ਉਹਨਾਂ ਨੂੰ ਪਤਾ ਲੱਗਾ ਬਈ ਇਹ ਤੇ ਆ ਇਹ ਆਦ ਨੇ ਬਈ ਮੈਂ ਆਸਾ ਮਾਰਸ਼ਲਾ ਲਾ ਦੇਣੇ ਅਗਰ ਆਸਾ ਮਨੀਰ ਸਾਹਿਬ ਨੂੰ ਲਾਇਆ ਤੇ ਉਹ ਸ਼ਿਵਾਸ਼ ਸ਼ਰੀਫ ਸਾਹਿਬ ਵਿਚਾਰੇ ਸ਼ਰੀਫ ਆਦਮੀ ਇੱਕ ਕੰਮ ਕਰਨ ਵਾਲਾ ਬੰਦਾ ਹੈ ਉਹ ਇਹਨਾਂ ਝਖੜਾਂ 'ਚ ਪੈਂਦੇ ਹੀ ਨਹੀਂ ਉਹਨਾਂ ਜਹਾਜ਼ ਫੜਿਆ ਕਿ ਐਮਰਜੈਂਸੀ ਲੰਡਨ ਤੁਰ ਜਾਂਦਾ ਮੀਆਂ ਸਾਹਿਬ ਕੋਲ ਅਸਾ ਤੂਰ ਦੇ ਮੁਤਾਬਕ ਉਥੇ ਜਾ ਕੇ ਕਹਿੰਦੇ ਪੈ ਗਈ ਉਹ ਤੇ ਹਮਾਰਸ਼ ਲਾ ਲਾ ਦੇਣਾ ਅਗਰ ਆਸਮਨੀਰ ਨੂੰ ਤੁਸੀਂ ਬਣਾਇਆ ਤੇ ਤੁਹਾਨੂੰ ਪਤਾ ਮੀਆਂ ਸਾਹਿਬ ਤੇ ਅੱਲਾ ਪਾਕ ਨੇ ਇੱਕ ਐਸਾ ਫਹਿਮ ਦਿੱਤਾ ਔਰ ਐਸੀ ਲੀਡਰਸ਼ਿਪ ਦਿੱਤੀ ਔਰ ਐਸੀ ਕੁਆਲਿਟੀਆਂ ਦਿੱਤੀਆਂ ਨੇ ਕਿ ਮਾਂ ਜਾਮੀ ਕੋ ਨਹੀਂ ਸਕਦੀ ਐਸਾ ਭਾਦਰ ਲੀਡਰ ਨਿਵਾਜ਼ ਸ਼ਰੀਫ ਅ ਉਹਨੇ ਸ਼ਿਵਾਸ਼ੀਰ ਸਾਹਿਬ ਨੂੰ ਕਿਹਾ ਉਹਨੇ ਕਿਹਾ ਉਹਨਾਂ ਨੂੰ ਕਿਹਾ ਹਮਾਰਸ਼ ਲਾ ਲਾ ਗੱਲ ਖਤਮ ਅਗਰ ਲੱਗੇਗਾ ਤੇ ਆਸਮਨੀਰੀ ਲੱਗੇਗਾ ਲਾਓ ਹਮਾਰਸ਼ ਲਾ ਸੀ ਵੇਖ ਲੈਨੇ ਤੁਸੀਂ ਕਿੰਨੇ ਕੁ ਜੋਗੇ ਇਹ ਪੈਗਾਮ ਲਾ ਕੇ ਸ਼ਿਵਾਸ਼ੀਰ ਸਾਹਿਬ ਵਾਪਸ ਆ ਗਏ ਆਗੇ ਕਹਿਣ ਵਾਲੇ ਕਹਿੰਦੇ ਨੇ ਕਿ ਬਾਜਵੇਰ ਨਾਲ ਮੁਲਾਕਾਤ ਹੋਈ ਉਹਨੇ ਕਿਹਾ ਸਮਰੀ ਕਰ ਲਓ ਜਿੱਤੇ ਆਸਮਨੀਰ ਦਾ ਨਾਮ ਲਿਖ ਕੇ ਉਹਨੇ ਕਿਹਾ ਜੀ ਨਹੀਂ ਉਹ ਮਾਸ਼ਾਅੱਲਾ ਉਹ ਕਹਿੰਦੇ ਨੇ ਸਾਂ ਲਾ ਦੇਣਾ ਉਹਨੇ ਕਿਹਾ ਨਿਵਾਸ਼ੀਫਾਂ ਦਾ ਮਾਸ਼ਾਅੱਲਾ ਲਾਓ ਫਿਰ ਉਸ ਹਰੀ ਕਾਲਜ ਜਦੋਂ ਪੈਗਾਮ ਪਹੁੰਚਿਆ ਮੀਆਂ ਨਿਵਾਸ਼ੀਫ ਦਾ ਉੱਥੇ ਸਲਵਾਰਾਂ ਛੱਡ ਕੇ ਨਸਨਾ ਤੇ ਪੈਣਾ ਸੀ ਨਾ ਹੁਣ ਉਹਨੇ ਕਿਹਾ ਮਾਸ਼ਾਅੱਲਾ ਲਾਓ ਟੈਨਸ਼ਨ ਹੀ ਕੋ ਨਹੀਂ ਐਸੀ ਕਿਹੜੀ ਬਾਤ ਹੈ ਲਾ ਹੁਣ ਲਾ ਕੇ ਵਹਾਇਆ ਜੀ ਉਹ ਫਿਰ ਜਨਾਬ ਸਮਰੀ ਜਿਹੜੀ ਹੈ ਉਹ ਆਂਦੀ ਹੈ ਉਹਦੇ ਉੱਤੇ ਅਸਮਨੀਰ ਦਾ ਨਾਮ ਲਿਖਿਆ ਜਾਂਦਾ ਹੈ ਨਾਮ ਲਿਖਣ ਤੋਂ ਬਾਅਦ ਫਿਰ ਆਂਦੀ ਹੈ ਆਉਣ ਤੋਂ ਬਾਅਦ ਫਿਰ ਨਮਰਾ ਫੜ ਪਾੰਦਨੇ ਜੀ ਇਹ ਦੇ ਨਾਲ ਇਹਨੂੰ ਰੱਖ ਲਓ ਜਾਂ ਇਹਨੂੰ ਰੱਖ ਲਓ ਜਾਂ ਇਹਨੂੰ ਰੱਖ ਲਓ ਥੱਲੇ ਉਹ ਜਿਹੜਾ ਹੁੰਦਾ ਹੈ ਦੂਜੇ ਨੰਬਰ ਤੇ ਜਿਹੜਾ ਨਹੀਂ ਹੁੰਦਾ ਉਹਨਾਂ ਕਿਹਾ ਜਿਹੜਾ ਅਸਾਂ ਲਾਣਾ ਸਾਡੀ ਮਰਜ਼ੀ ਹੈ ਕਿਉਂਕਿ ਉਹਨਾਂ ਨੇ ਸਲਵਾਰਾਂ ਦੇ ਛੋੜ ਕੇ ਨਸ ਗਏ ਜਦੋਂ ਨਵਾਜ਼ ਸ਼ੀਫ ਨੇ ਕਿਹਾ ਕਿ ਲਾਓ ਮਾਸ਼ੱਲਾ ਤੁਸੀਂ ਵੇਖ ਲੈਣੇ ਤੁਹਾਡੇ ਅਸੀਂ ਦਿੱਤੀ ਤੈਸੀ ਤੁਹਾਡੀ ਇਹ ਜਾਗੀਰ ਹੈ ਤੁਹਾਡੇ ਪਿਓ ਦੀ ਹੈ ਪਾਕਿਸਤਾਨ ਜਿਹੜਾ ਤੇ ਨਵਾਜ਼ ਸ਼ਰੀਫ ਜਦੋਂ ਡਟਿਆ ਤੇ ਉਹ ਸ਼ਲਵਾਰਾਂ ਛੜਕ ਨਸ ਗਿਆ ਉਹ ਜਿਹੜੇ ਤრა ਚਾਰ ਚਰਨ ਵਾਲ ਸੀ ਜਿਹੜਾ ਜਿਨ੍ਹਾਂ ਨੇ ਆਉਂਦੀ ਹੀ ਅਸਤੀਫਾ ਦੇ ਦਿੱਤਾ ਜੀ ਅਸਾਂ ਤੇ ਹੁਣ ਅਸਤੀਫਾ ਦੇ ਦੇਣਾ ਮੈਂ ਸਮਝ ਨਾ ਮੈਂ ਇਹਨਾਂ ਨੂੰ ਫੜ ਕੇ ਨਾ ਤੇ ਆਰਟੀਕਲ 6 ਲਾ ਕੇ ਇਹਨਾਂ ਨੂੰ ਉਧਾਂ ਛਾੜਿਆ ਛਾੜਿਆ ਗਿਆ ਐਡੀ ਕਿਹੜੀ ਗੱਲ ਠੀਕ ਹੈ ਨਾ ਜੀ ਤੇ ਇਹ ਜਨਾਬ ਮਨਸੂਬਾ ਸਾਥ ਜਿਹੜੇ ਨੇ ਉਹ ਨਸ ਗਿਆ ਜਦੋਂ ਨਵਾਜ਼ ਸ਼ਰੀਫ ਨੇ ਕਹਿਆ ਅਸ਼ਬਾਸ਼ ਸ਼ਰੀਫ ਨੂੰ ਕਿ ਉਹਨਾਂ ਨੂੰ ਕਹੇ ਲਾਓ ਮਾਰਸ਼ਲ ਆ ਵੇਖ ਲੈਨੇ ਆ ਤੁਹਾਨੂੰ ਕਿੰਨੇ ਕੁ ਜੋਗੇ ਹੋ ਉਸ ਤੋਂ ਬਾਅਦ ਜਾ ਕੇ ਫਿਰ ਆਸਮਾਨੀ ਸਾਬਿਤ ਕਰ ਰਹੀ ਜਿਹੜੀ ਇਹ ਹੋਈ ਹੈ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਇਹ ਤਕਰਰੀ ਜਿਹੜੀ ਇਹ ਬੜਿਆਂ ਬੜਿਆਂ ਵਾਸਤੇ ਇਹ ਸਮਝੋ ਕਿ ਉਹਨਾਂ ਦੀ ਰੋਜ਼ੀ ਰੋਟੀ ਤੇ ਲਤ ਵੱਜੀ ਕਿਉਂਕਿ ਇਹ ਤੇ ਰਲ ਕੇ ਖਾਂਦੇ ਸੀ ਬਨੇ ਅਜੀ ਨਾਲ ਫੈਦ ਹੋ ਗਿਆ ਗਫੂਰਾ ਹੋ ਗਿਆ ਉਹ ਅਦਰਬਾਸ ਹੋ ਗਿਆ ਉਹ ਫਰਾਣਾ ਹੋ ਗਿਆ ਉਹ ਢਿੰਗੜਾ ਹੋ ਗਿਆ ਇਹ ਤੇ ਰਲ ਕੇ ਪਾਕਿਸਤਾਨ ਦਾ ਇਹਨਾਂ ਦੇ ਮਤਲਬ ਕਿ ਟੈਂਟ ਟਗੇ ਕਰ ਦਿੱਤਾ ਸੀ ਮੁਲਕ ਉਹ ਚੰਦੇ ਸੀ ਕਿ ਸਾਡੇ ਗਰੁੱਪ 'ਚ ਜਿਹੜਾ ਹਾਵੀ ਰਹੇ ਅਸੀਂ ਫਿਰ ਅੱਗੋਂ ਖਾਈਏ ਫਿਰ ਨਿਆਜ਼ੀ ਨੂੰ ਲਿਆਈਏ ਲਿਆ ਕੇ ਫਿਰ ਬਿਠਾਈਏ ਫਿਰ ਅੱਗੋਂ ਸਾਡੇ ਬੱਚੇ ਆ ਜਾਣ ਉਹਨਾਂ ਨੂੰ ਬਿਠਾਈਏ ਉਹਨ ਫਿਰ ਨਿਆਜ਼ੀ ਨੂੰ ਬਿਠਾਈਏ 20 ਸਾਲ ਦਾ ਮਨਸੂਬਾ ਅੱਗਾ ਲੈ ਕੇ ਤੁਰੇ ਉਹਨ ਨੇ ਅਨਵਾਸ਼ਿ ਡੱਟ ਗਿਆ ਉਹਨੇ ਕਿਹਾ ਲਾਅ ਮਰਸ਼ਲਾ ਤੋ ਵੇਖ ਲੈ ਨਾ ਤੇਰੇ ਮਰਸ਼ਲਾ ਨਾ ਉਹ ਅੱਗੇ ਨਹੀਂ ਵਖੇ ਅਸੀਂ ਮਰਸ਼ਲਾ ਇੱਕਵੀਂ ਸਦੀ ਦੇ ਵਿੱਚ ਤੁਸੀਂ ਸਾਹਬ ਲਾ ਲਓ ਇਹ 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 ਦੋ ਦੋ ਟੱਗੇ ਤੇ ਲੋਕਾਂ ਨੇ ਐਸਾ ਮਰਸ਼ਲਾ ਲਾਣਾ ਉਹ ਜਦੋਂ ਨਵਾਜ਼ ਸ਼ਰੀਫ ਨੇ ਮਾਰਸ਼ਲਾ ਦੇ ਕੇ ਡਟ ਗਿਆ ਮਲਕ ਨੂੰ ਬਚਾ ਲਿਆ ਔਰ ਆਸਮੁਨੀਰ ਸਾਹਿਬ ਜਿਹੜੇ ਨੇ ਉਹ ਆਰਮੀ ਚੀਫ ਬਣ ਗਏ ਔਰ ਆਸਮੁਨੀਰ ਇੱਕ ਇਮਾਨਦਾਰ ਹਾਫਜ਼ੇ ਕੁਰਾਨ ਔਰ ਆਇਨ ਔਰ ਕਾਨੂੰਨ ਦੇ ਮੁਤਾਬਕ ਚੱਲਣ ਵਾਲਾ ਔਰ ਮੈਂ ਸਮਝਣਾ ਕਿ ਇਸ ਬੰਦੇ ਦੇ ਹੱਥੋਂ ਫੌਜ ਔਰ ਏਜੰਸੀਆਂ ਦੇ ਵਿੱਚ ਵੀ ਜੋ ਇਹ ਕਿਰਦਾਰ ਨੇ ਇਹ ਵੀ ਬੇਨਕਾਬ ਹੋਣਗੇ ਸਾਡੀ ਦੁਆ ਵੀ ਹੈ ਸਾਡੀਆਂ ਦੁਆਵਾਂ ਆਸਮੁਨੀਰ ਸਾਹਿਬ ਦੇ ਨਾਲ ਔਰ ਅਸੀਂ ਤਵੱਕੋ ਰੱਖ ਰਹੇ ਹਾਂ कि जो उम्मीदਾਂ ਸੀ ਲੈ ਕੇ ਬੈਠੇ ਆ ਉਹਨਾਂ ਉਮੀਦਾਂ ਦੇ ਇਹ ਪੂਰੇ ਉਤਰਨਗੇ ਆਪਣਾ ਸਫਾਈ ਹੋਏਗੀ আইন ਔਰ ਕਾਨੂੰਨ ਦੀ ਬਾਲਾਦਸਤੀ ਹੋਏਗੀ ਸਿਆਸਤ ਵਿੱਚ ਮਦਖਲਤ ਨਹੀਂ ਹੋਏਗੀ ਆਵਾਮ ਦੇ ਵੋਟ ਦਾ ਹੱਕ ਜਿਹੜਾ ਉਹਨਾਂ ਨੂੰ ਦਿੱਤਾ ਜਾਏਗਾ ਆਵਾਮ ਬਾਲਾਦਸਤ ਹੋਏਗੀ ਪਾਰਲੀਮੈਂਟ ਬਾਲਾਦਸਤ ਹੋਏਗੀ ਔਰ ਜਿਹੜੇ ਕਿਰਦਾਰ ਮਾਰਸ਼ਲ ਐਲਾਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਵੀ ਸਜ਼ਾ ਮਿਲੇਗੀ ਬਹੁਤ ਸ਼ੁਕਰੀਆ